ਤੁਸੀਂ ਬਤੌਰ ਸਾਬਕਾ ਮੈਂਬਰ ਪੰਚਾਇਤ ਆਪਣੀ ਪਿੰਡ ਦੀ ਸੇਵਾ ਨਿਭਾ ਚੁੱਕੇ ਹੋ, ਪਰ ਇਹੋ ਜਿਹਾ ਕੀ ਕਾਰਨ ਹੈ ਕਿ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਦਸਵੀਂ ਰਜਿਸਟਰ ਦੇ ਸੰਬੰਧ ਦੇ ਵਿੱਚ ਤੁਹਾਨੂੰ ਲਾਈਵ ਹੋ ਕੇ ਸੰਗਤਾਂ ਨੂੰ ਆਵਾਜ਼ ਦੇਣੀ ਪਈ? ਮੈਡਮ ਜੀ, ਗੱਲ ਇੱਦਾਂ ਵਾ, ਸਾਡੇ ਨਾ ਅੱਜ ਤੋਂ 2.5 ਸਾਲ ਪਹਿਲਾਂ ਦਰਸ਼ਨ ਸਿੰਘ ਜਥੇਦਾਰ ਗੁਰਦੁਆਰੇ ਦੇ ਕਰਤਾ ਧਰਤਾ ਸੀਗੇ, ਸਾਰਾ ਕੰਮ ਕਾਰੋਬਾਰ ਉਹ ਚਲਾਉਂਦੇ ਸੀਗੇ। ਉਹ ਕੁਛ ਬੰਦਿਆਂ ਨੇ ਉਹ 'ਚ ਰੌਲਾ ਪਾ ਲਿਆ, ਉਹ ਕਹਿੰਦੇ ਵੀ ਤੁਹਾਡੀ ਕਮੇਟੀ ਪੂਰੀ ਨਹੀਂ ਹੈਗੀ, ਕਮੇਟੀ ਪੂਰੀ ਕਰਕੇ ਤੁਸੀਂ ਆਪਦੀ ਕਮੇਟੀ। ਉਹਨਾਂ ਨੇ ਜਥੇਦਾਰ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ 4 ਹੈਗੇ ਹਾਂ, 3 ਸਾਡੇ 'ਚੋਂ ਭੱਜ ਗਏ ਆ, ਵੀ 3 ਤੁਸੀਂ ਸਾਨੂੰ ਦੇ ਦਿਓ। ਇਹਨਾਂ ਨੇ ਰੌਲਾ ਪਾ ਲਿਆ ਸਾਡੇ ਉਹਨਾਂ ਦੇ ਵਿਰੋਧੀ ਵਾਲਿਆਂ ਨੇ, ਉਹ ਕਹਿੰਦੇ ਨਹੀਂ ਨਹੀਂ ਜੀ, ਅਸੀਂ ਤਾਂ ਸਾਰੀ ਕਮੇਟੀ ਚੇਂਜ ਕਰਨੀ ਆ। ਤੋ ਇਸ ਕਰਕੇ ਸਾਡੀ ਉਹ ਰੰਜਿਸ ਗਾਹਾਂ ਦੀ ਗਾਹਾਂ ਸਾਡੀ ਵੱਧਦੀ ਗਈ ਆ। 2.5 ਸਾਲ ਹੋ ਗਏ ਸਾਡੇ ਗੁਰੂ ਘਰ ਦੇ ਕੰਮ ਖੜ੍ਹੇ ਨੇ, ਅਤੇ ਅਸੀਂ ਇਹ ਕਹਿੰਦੇ ਚਾਹੁੰਦੇ ਹਾਂ ਵੀ ਕੁਛ ਪੈਸੇ ਸਾਡੇ ਕੋਲ ਪਏ ਨੇ, ਕੁਛ ਪੈਸੇ ਨਵੀਂ ਕਮੇਟੀ ਕੋਲ ਪਏ ਨੇ, ਵੀ ਉਹ ਪਾਸੇ ਵਾਲੇ ਸਾਰੇ ਏਕਾ ਕਰਕੇ ਆਪਦਾ ਸਮਝੌਤਾ ਕਰਕੇ ਗੁਰੂ ਘਰ ਦੇ ਕੰਮ ਚਲਾਏ ਜਾਣ। ਅਤੇ ਉਹ ਕੰਮ ਬਹੁਤ ਖੜ੍ਹੇ ਨੇ, ਬਹੁਤ ਪਿੱਛੇ ਪੈ ਗਿਆ 2.5 ਸਾਲਾਂ ਤੋਂ ਕੰਮ ਆਪਣਾ। ਤੁਸੀਂ ਇਹ ਚਾਨਣਾ ਪਾਓ, ਜੇਕਰ ਆਪਾਂ ਗੱਲ ਕਰੀਏ ਜਿਸ ਸਮੇਂ ਸਵਰਗਵਾਸੀ ਜਥੇਦਾਰ ਦਰਸ਼ਨ ਸਿੰਘ ਆਪਣੀ ਸੇਵਾ ਨਿਭਾ ਰਹੇ ਸੀ ਗੁਰਦੁਆਰਾ ਸਾਹਿਬ ਦੀ, ਉਸ ਸਮੇਂ ਪਿੰਡ ਦੇ ਕਿਹੜੇ ਕਿਹੜੇ ਕੰਮ ਉਹਨਾਂ ਨੇ ਕਰਵਾਏ ਸੀ? ਉਹਨਾਂ ਨੇ ਜੀ ਸਾਰੀ ਬਿਲਡਿੰਗ ਤਕਰੀਬਨ ਬਣਾਈ ਆ, ਔਰਲਾ ਹਾਲ ਬਣਾਇਆ, ਪਰਲੇ ਪਾਸੇ ਇੱਕ ਲੰਗਰ ਹਾਲ ਵੀ ਬਣਾਇਆ ਹੋਇਆ, ਬਿਲਡਿੰਗ ਸਾਰੀ ਉਹਨਾਂ ਨੇ ਬਣਾਈ ਆ। ਤਾਂ ਤੱਕ ਹੁਣ ਦੇਖ ਲਓ ਤੁਸੀਂ, 113 ਫੁੱਟ ਉੱਚਾ ਗੌਰਮੈਂਟ ਲੱਗਿਆ ਹੋਇਆ, ਜੋ ਗੁਰਦੁਆਰੇ ਦੀਆਂ ਕਿਹੜੀਆਂ ਗੱਡੀਆਂ ਨੇ, ਪਾਲਕੀਆਂ ਵਾਲੀਆਂ ਰੱਗ ਕੀਰਤਨ ਵੱਡੇ ਵੱਡੇ ਉਹਨਾਂ ਨੇ ਕੱਢੇ ਨੇ, ਉਹ ਬਹੁਤ ਕੰਮ ਕਰਾਉਂਦੇ ਰਹੇ ਨੇ ਜੀ।